ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਦੀ ਪਾਈ ਲਿਆਂਦਾ ਮੈਂ ਵਰਦੀ ਜੋ ਮੈਂ ਨਹੀਂ ਹੈ ਅੱਜ ਤੱਕ ਨਹੀਂ ਪਾਈ ਹਾਂਜੀ ਵਰਦੀ ਜਾਣ ਸਾਡੀ ਓਡੀ ਐਸ ਟੀ ਨਾਗਰ ਸਾਹਮਣੇ ਲੱਗਿਆ ਦੱਸੋ ਆਹੋ ਮੈਂ ਸੀ ਆਈ ਏ ਸਟਾਫ ਇਹਨੇ ਕੰਮ ਕਰਨਾ ਵਾ ਤੇ ਤੁਹਾਨੂੰ ਹੁਣ ਤੁਸੀਂ ਜਾਲੀਆਂ ਲਵਾੜੋਗੇ ਮੇਰੀਆਂ ਮੇਰੀ ਵੀਡੀਓ ਯਾਰ ਮੈਂ ਲਾਉਣੀ ਆ ਜਾਣੀਆਂ ਲਾਉਣੀਆਂ ਲਾਓ ਫਿਰ ਲਾਉਣੀਆਂ ਮੈਂ 60 ਪਈ ਮੇਰੇ ਤੇ ਪਵਾ ਦੇ ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰੋ ਭਰਾ ਮੇਰੇ ਤੂੰ ਆਪਣੀ ਜਗ੍ਹਾ ਲੱਗ ਜਿਹੜੀ ਮੇਰੀ ਡਿਊਟੀ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਲੱਗੂ ਮੈਂ ਵੀ ਥਾਣੇ ਕੱਟੇ ਆ ਮੈਂ ਸਿੱਧਾ ਨਹੀਂ ਇੱਥੇ ਆ ਗਿਆ ਫਿਰ ਮੈਂ ਨਹੀਂ ਆਉਂਦਾ ਤਾਂ ਹੋਈ ਜਾਣਾ ਮੈਂ ਲਾਉਣੀ ਆ ਜਾ ਜਿਹੜੀ ਇਨਫੋਰਮੇਸ਼ਨ ਮਿਲਦੀ ਹੋ ਅਸੀਂ ਆਪਣੀ ਡਿਊਟੀ ਕਰਾਂਗੇ ਮੈਂ ਜਾ ਫਿਰ ਜਿਹੜੀ ਡਿਊਟੀ ਤੂੰ ਕਰਨਾ ਆ ਤਾਂ ਮੈਂ ਕਰਾਉਂਦਾ ਜਾਲੀ ਲਾਉਂ ਮੈਂ ਨਹੀਂ ਲਾਉਣੀ ਕਿਉਂ ਨਹੀਂ ਲਾਉਣੀ ਫਿਰ ਲੱਗਾ ਰਹੋ ਇੱਥੇ ਬੈਠਾ ਰਹੋ ਨਹੀਂ ਖਤਰਾ ਕੋਈ ਨਹੀਂ ਲਵਾ ਕੇ ਕਰੂੰ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਨਹੀਂ ਤੁਸੀਂ ਤੁਹਾਡੀ ਡਿਊਟੀ ਜਿਹੜੀ ਤੁਸੀਂ ਕਰਨੀ ਤੁਸੀਂ ਮੇਰੇ ਤੋਂ ਸਹਣ ਕਰਨਾ ਮੈਂ ਨਹੀਂ ਲਾਉਣੀ ਆਪਰੇਸ਼ਨ ਦੀ ਡਿਊਟੀ ਤਾਂ ਕਰੀ ਜਾਲੀਆਂ ਲਵਾਉਣ ਵਾਲਾ ਮੈਂ ਲਵਾਉਣੀ ਆ ਆਪਰੇਸ਼ਨ ਕਰਦੇ ਸਾਡੇ ਸਾਨ ਕਰਦੇ ਤੁਸੀਂ ਡਿਊਟੀ ਕਰਦੇ ਬਕਵਾਸ ਥੋੜੀ ਜਿਹੀ ਆਪਣੀ ਕੀ ਬਕਵਾਸ ਵਾਲੀ ਕੀ ਗੱਲ ਹੈ ਕੀ ਬਕਵਾਸ ਵਾਲੀ ਕੀ ਗੱਲ ਹੈ ਕਰਦਾ ਫਿਰ ਮੈਂ ਡਿਕਟੀ ਸਾਹਿਬ ਨਾਲ ਫੋਨ ਚ ਨਾਲ ਤੂੰ ਵਡਾਇਆ ਕਿ ਮੈਂ ਲੜਨ ਵਾਲਾ ਵਾਲੀ ਕੀ ਗੱਲ ਬਕਵਾਸ ਕਰਦੇ ਹਾਂ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਕਰਦਾ ਸਾਨ ਬਕਵਾਸ ਵਾਲੀ ਕੀ ਗੱਲ ਹੈ ਅਸੀਂ ਡਿਊਟੀ ਆਪਣੀ ਕਰਦੇ ਹਾਂ ਮੈਂ ਸਾਨ ਕਰਦਾ ਮੈਂ ਮਹਿਕਮੇ ਦਾ ਸਾਨ ਕਰਦਾ ਮੈਂ ਮਹਿਕਮੇ ਸਾਹਿਬ ਕਰਦਾ ਸਾਹਿਬ ਦਾ ਬੋਲ ਕੋਈ ਚੱਕਰ ਨਹੀਂ ਲਾੜੂ ਜਿਹੜਾ ਫੋਨ ਲਾਉਣਾ ਲਾਓ ਤੁਸੀਂ ਹੈਲੋ ਬਾਹਰ ਡਿਪੀ ਸਾਹਿਬ ਨੂੰ ਹੈਲੋ ਹਾਂਜੀ ਸਰ ਮੇਰੀ ਗੱਲ ਕਰਾ ਹੋਈ ਕਿਉਂ ਬੋਲਣ ਦੇ ਜਾ ਤੂੰ ਠੀਕ ਹੈ ਤੁਸੀਂ ਉਦਾਂ ਜੋ ਸਪੀਡ ਲੈ ਲੈ ਜਿਹੜੀ ਗੱਡੀ ਵੀਡੀਓ ਬਣਾਈ ਜਾਂਦੇ ਐਵੇਂ ਨਜਾਇਜ਼ ਹੀ ਬਣਾਈ ਜਾਂਦੇ ਮੈਂ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਕਰ ਲਓ
ਪਹਿਲਾਂ ਬੋਲਣ ਦੀ ਤਾਂ ਜਾਂਚ ਸਿੱਖ ਲਈ ਮੈਨੂੰ ਕਹਿੰਦਾ ਤੂੰ ਉਧਰ ਵੀ ਨੂੰਹਾਂ ਤੇ ਜਾਣੀਆਂ ਨਹੀਂ ਲਾ ਸਾਈਡ ਤੇ ਤੂੰ ਆਕੜ ਲਿਆ ਇੱਥੇ ਸਗੋਂ ਹੀ ਨਾਲੇ ਤਮਾਸ਼ਾ ਲਾਇਆ ਵਾ ਤੂੰ ਮੁਲਾਜ਼ਮ ਹੋ ਕੇ ਠੀਕ ਆ ਤੂੰ ਉਹਨੂੰ ਕਿੰਨੀ ਇੱਜ਼ਤ ਦਿੱਤੀ ਕਿੰਨੀ ਇੱਜ਼ਤ ਦਿੰਦੇ ਤੁਸੀਂ ਕਿੰਨੀ ਇੱਜ਼ਤ ਦਿੰਦੇ ਅਗਲੇ ਨੂੰ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੀ ਆ ਰਿਕਾਰਡਿੰਗ ਦੇ ਠੀਕ ਆ ਇਹਦਾ ਮਤਲਬ ਆਹ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਰੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਉੱਤੋਂ ਤੁਸੀਂ ਕਹਿਣ ਦੇ ਵਿੱਚ AK-47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉੱਤੋਂ ਜਾਰੀਆਂ ਨਾ ਲਾਵਾਂ ਮੈਂ ਖਵਾਣਾ ਇੱਥੇ ਕਿਹਾ ਨਹੀਂ ਤੁਸੀਂ ਫਿਰ ਕਿੱਦਾਂ ਕਹਿਤਾ ਉਹ ਤੁਸੀਂ ਧਮਕਾਉਂਦੇ ਮੇਰੇ ਕੋ ਵੀ AK-47 ਹੈਗੀ ਇਹ ਕੀ ਗੱਲ ਮੈਂ ਵੀਡੀਓ ਦੇ ਵਿੱਚ ਹੀ ਆ ਵੀਡੀਓ ਸਾਰਾ A-Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਵਿਖਾਵਾਂਗੇ ਹਾਂ ਤੁਸੀਂ ਤੇ ਦਾਕੜਾਂ ਲੈ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਗੇ ਮੁਲਾਜ਼ਮਾਂ ਨੇ ਮੇਰੇ ਮੁਲਾਜ਼ਮ ਦਾ ਕੋਪਰੇਟ